ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾਜ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਨਵੀਂ ਤਕਨੀਕ ਦੀਆਂ ਚੀਜ਼ਾਂ ਦੀ ਵੀਡੀਓ ਲੈ ਕੇ ਆਉਣੇ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਹੀ ਵੀਡੀਓ ਆਉਂਦੀਆਂ ਨੇ ਤੇ ਅੱਜ ਦੀ ਵੀਡੀਓ ਆਪਣੀ ਕੇਡੀਜੀ ਦੇ ਜੰਤਰ ਤੇ ਆ ਰਹੀ ਹੈ ਕੇਡੀਜੀ ਦਾ ਇਲੈਕਟ੍ਰੋਨਿਕ ਜੰਤਰ ਹੈ ਕਿਵੇਂ ਕੰਮ ਕਰਦਾ ਤੁਹਾਨੂੰ ਅੱਗੇ ਜਾ ਕੇ ਵੀਡੀਓ ਚ ਆਪਾਂ ਸਾਰਾ ਕੁਝ ਦੱਸਾਂਗੇ ਤੇ ਦੋਸਤੋ ਇਹਦੇ ਦੋ ਫਾਇਦੇ ਨੇ ਇੱਕ ਤਾਂ ਤੁਹਾਨੂੰ ਸਹੂਲਤ ਮਿਲ ਰਹੀ ਆ ਤੇ ਦੂਸਰਾ ਤੁਹਾਨੂੰ ਚੋਰਾ ਤੋਂ ਬਚਾਰਿਆ ਇਹ ਤੁਹਾਡੀਆਂ ਖੇਤਾਂ ਵਾਲੀਆਂ ਮੋਟਰਾਂ ਤੇ ਹੋਣ ਵਾਲੀਆਂ ਚੋਰੀਆਂ ਤੁਹਾਡੇ ਖੇਤਾਂ ਦੇ ਵਿੱਚੋਂ ਚੋਰ ਬਹੁਤ ਕੁਝ ਲੈ ਜਾਂਦੇ ਨੇ ਉਹ ਵਾਲੀਆਂ ਚੋਰੀਆਂ ਤੋਂ ਬਚਾਵੇਗਾ ਤੇ ਮੋਟਰਾਂ ਦੀ ਜੇ ਤਾਰਾਂ ਕੱਟੂਗਾ ਕੋਈ ਚੋਰ ਆ ਕੇ ਉਹ ਤੋਂ ਬਚਾਵੇਗਾ ਤੇ ਤੀਸਰਾ ਇੱਕ ਹੋਰ ਕੰਮ ਆ ਦੁਕਾਨਾਂ ਉੱਪਰ ਵੀ ਦੋਸਤੋਂ ਲੱਗਣ ਲੱਗ ਗਿਆ ਦੁਕਾਨ ਦੇ ਜਿਹੜੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਜਾਂਦੀਆਂ ਨੇ ਉਹ ਸ਼ਟਰ ਤੋੜ ਕੇ ਚੋਰੀਆਂ ਤੋਂ ਵੀ ਇਹ ਬਚਾਵੇਗਾ ਇਹ ਇਸ ਦੀ ਵਾਰਤੋਂ ਅੱਜ ਕੱਲ ਦੁਕਾਨਾਂ ਵਿੱਚ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਕੀ ਕੀ ਆ ਦੋਸਤੋ ਇੱਕ ਗੱਲ ਮੈਂ ਹੋਰ ਐਡ ਆਨ ਕਰ ਦਮਾ ਇਹ ਸੀਸੀਟੀਵੀ ਕੈਮਰੇ ਤੋਂ ਵੀ ਅਗਲੀ ਟੈਕਨੋਲੋਜੀ ਆ ਸੀਸੀਟੀਵੀ ਕੈਮਰੇ ਤਾਂ ਇੱਕ ਸਹੂਲਤ ਹੈਗੀ ਹੈਗੀ ਆ ਉਸ ਤੋਂ ਵੀ ਇੱਕ ਐਡਵਾਂਸ ਅਗਲੀ ਟੈਕਨੋਲੋਜੀ ਆ ਤੇ ਇਹਦੇ ਵਿੱਚ ਆਪਾਂ ਨੂੰ 12 ਵੋਲਟ ਦਾ ਇੱਕ ਐਡਾਪਟਰ ਮਿਲਦਾ ਆ ਡਾਕਟਰ ਦੇ ਨਾਲ ਹੀ ਇੱਕ ਇਹ ਮੋਬਾਈਲਸ ਵਿੱਚ ਮਿਲ ਰਹੀ ਹੈ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦਾ ਮੋਬਾਈਲ ਆ ਜਿਹੜਾ ਯੰਤਰ ਆ ਇਹ ਤੇ ਇਹਦੇ ਨਾਲ ਹੀ ਇੱਕ ਬਾਕਸ ਦੇ ਵਿੱਚੋਂ ਆਪਾਂ ਨੂੰ ਸੈਂਸਰ નીકਲੇ ਜਿਹੜਾ ਕਿ ਗੇਟ ਤੇ ਸੈਂਸਰ ਲੱਗ ਜਾਂਦਾ ਹੈ ਇਹ ਸੈਂਸਰ ਤੁਸੀਂ ਲੋਡ ਮੁਤਾਬਕ 1 2 3 4 ਵੱਧ ਵੀ ਲੈ ਸਕਦੇ ਹੋ ਤੇ ਇੱਕ ਅਟੀਨਾ ਮਿਲਦਾ ਹੈ ਇਹਦੇ ਸਿੰਗਲ ਦੇ ਲਈ ਤੇ ਕਿਸਾਨਪੁਰਬ ਸਭ ਤੋਂ ਪਹਿਲੀ ਗੱਲ ਇੱਕ ਮੈਂ ਦੱਸ ਦਵਾਂ ਜੇਕਰ ਤੁਹਾਡੀ ਖੇਤਾਂ ਵਾਲੀ ਮੋਟਰ ਤੇ ਮੋਬਾਈਲ ਦਾ ਨੈਟਵਰਕ ਆਉਂਦਾ ਹੈ ਤਾਂ ਹੀ ਕੰਮ ਕਰੇਗਾ ਆਦਰਵਾਈਜ਼ ਇਹ ਕੰਮ ਨਹੀਂ ਕਰੇਗਾ ਇਹਦੇ ਐਂਡੀਗੇਟਰ ਵਿੱਚ ਸਿੰਗਲ ਆਉਣਾ ਬਹੁਤ ਹੀ ਜ਼ਰੂਰੀ ਆ ਤੇ ਇਸ ਸਾਈਡ ਤੇ ਤੇ SIM ਪੈ ਜਾਂਦਾ ਹੈ ਦੋਸਤੋ ਦੇਖੋ ਇੱਥੇ SIM ਪਾ ਸਕਦੇ ਆਪਾਂ ਇੱਕ ਮੋਬਾਈਲ ਹੈ ਇਹ ਇਹਨੂੰ ਆਪਾਂ ਮੋਬਾਈਲ ਮੋਟਰ ਕਹਿ ਸਕਦੇ ਹਾਂ ਸੀਸੀਟੀਵੀ ਕੈਮਰੇ ਤੋਂ ਅਗਲੀ ਟੈਕਨੋਲੋਜੀ ਆ ਸੀਸੀਟੀਵੀ ਕੈਮਰਾ ਵਾਰਦਾਤ ਹੋਣ ਤੋਂ ਬਾਅਦ ਦਿਖਾਉਂਦਾ ਇਹਨੇ ਵਾਰਦਾਤ ਹੋਣ ਟਾਈਮ ਹੀ ਤੁਹਾਨੂੰ ਫੋਨ ਕਾਲ ਕਰਨੀ ਆ ਤੇ ਦੋਸਤੋ ਇਹਦਾ ਜੇ ਮੈਂ ਫੰਕਸ਼ਨ ਦੀ ਗੱਲ ਕਰਾਂ ਤਾਂ ਇਹ ਕੀ ਤਰ੍ਹਾਂ ਦੇ ਫੰਕਸ਼ਨ ਕਰਦਾ ਆ ਪਹਿਲਿਆਂ ਤਾਂ ਇਹਦੇ ਵਿੱਚ ਕੀ ਤਰ੍ਹਾਂ ਦੀਆਂ ਤਾਰਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਾਰਾਂ ਪਾਈਆਂ ਹੋਈਆਂ ਨੇ ਜਿਹੜੀਆਂ ਚਿੱਟੇ ਰੰਗ ਦੀਆਂ ਤਾਰਾਂ ਨੇ ਉਹ ਸੈਂਸਰ ਦੇ ਲਈ ਪਾਈਆਂ ਗਈਆਂ ਨੇ ਤੇ ਇੱਕ ਆਉਟਪੁੱਟਰ ਦੇ ਲਈ ਆਹ ਕੇਬਲ ਛੱਡੀ ਗਈ ਆ ਇਸ ਤੋਂ ਇਲਾਵਾ ਜਿਹੜੀਆਂ ਕਿ ਇੱਕ ਬੈਟਰੀ ਅਟੈਚ ਕਰਨੀ ਇਹਦੇ ਨਾਲ ਉਹ ਆਪਾਂ ਵੱਖਰੀ ਪ੍ਰਸੇਜ ਕਰੀਆ ਬੈਟਰੀ ਚ ਇਹਦੇ ਨਾਲ ਅਟੈਚ ਕਰਨ ਤੋਂ ਬਾਅਦ ਇਹ 24 ਘੰਟੇ ਕੰਮ ਕਰਦਾ ਰਹੇਗਾ ਤੇ ਉਹ ਬੈਟਰੀ ਜਦ ਲਾਈਟ ਆਪੀਗੀ ਇਹਨੇ ਚਾਰਜ ਕਰ ਦੇਣੀ ਹੈ ਵਿੱਚ ਇਹਦੇ ਇਨਵਰਟਰ ਵੀ ਲੱਗਿਆ ਹੋਇਆ ਛੋਟੀ ਜਿਹੀ ਬੈਟਰੀ ਆ ਸਾਈਡ ਤੇ ਪਈ ਆ ਛੋਟੀ ਜਿਹੀ ਬੈਟਰੀ ਹੈ ਇਹਦੇ ਨਾਲ ਹੀ ਚਾਰਜ ਹੋ ਜਾਣੀ ਹੈ ਤੇ ਇਹਦੀਆਂ ਜਿਹੜੀਆਂ ਹਰੀਆਂ ਪੀਲੀਆਂ ਤੇ ਨੀਲੀਆਂ ਤਾਰਾਂ ਨੇ ਤੁਹਾਡੇ ਜਿਹੜੀਆਂ ਮੋਟਰ ਦੇ ਕੇਬਲ ਤਾਰ ਆਉਂਦੀਆਂ ਨੇ ਉਹਦੇ ਨਾਲ ਅਟੈਚ ਹੋ ਜਾਣੀਆਂ ਜਦੋਂ ਵੀ ਤੁਸੀਂ ਇਹ ਅਟੈਚ ਕਰਨਾ ਹੋਵੇਗਾ ਤੁਹਾਨੂੰ ਵੀਡੀਓ ਕਾਲ ਕਰਕੇ ਸਾਰਾ ਕੁਝ ਦੱਸਦੇ ਰਹਿਣਗੇ ਤੇ ਜਿਹੜਾ ਅਟੀਨਾ ਦੋਸਤੋ ਇਹ ਅਟੀਨਾ ਆਪਾਂ 7 ਦੇ ਉੱਪਰ ਰੱਖ ਸਕਦੇ ਹਾਂ 7 ਦੇ ਉੱਪਰ ਇਹ ਸਿੰਗਲ ਕੈਚ ਕਰਦਾ ਰਹੇਗਾ ਜੇਕਰ ਤੁਹਾਡੇ ਮੋਟਰ ਵਾਲੇ ਕੋਠੇ ਦੇ ਵਿੱਚ ਵਧੀਆ ਨੈਟਵਰਕ ਆਉਂਦਾ ਆ ਤਾਂ ਤੁਹਾਨੂੰ ਅਟੀਨਾ 7 ਤੇ ਲੈ ਕੇ ਜਾਣ ਦੀ ਲੋੜ ਨਹੀਂ ਅਦਰਵਾਈਜ਼ ਤੁਸੀਂ ਹੇਠੇ ਹੀ ਰੱਖ ਸਕਦੇ ਹੋ ਤੇ ਦੋਸਤੋ ਇਹਦੀ ਵਰਤੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਧ ਜਾਵੇਗੀ ਤੇ ਮੈਂ ਇਹਦੀ ਕੀਮਤ ਦੱਸਦਾ ਵਾਂ ਕੀਮਤ ਕਿਸਾਨ ਭਰਾਵਾਂ ਦੀ 5500 ਰੁਪਈਆ ਤੇ ਆਪਣੀ ਵੀਡੀਓ ਦਾ ਰੈਫਰੈਂਸ ਦਵੋਗੇ ਤੁਹਾਨੂੰ ਥੋੜਾ ਮੋਟਾ ਡਿਸਕਾਊਂਟ ਵੀ ਕਰ ਦੇਣਗੇ ਤੇ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਕਿਤੇ ਵੀ ਇਹ ਪਾਰਸਲ ਕਰ ਸਕਦੇ ਨੇ ਤੁਸੀਂ ਆਨਲਾਈਨ ਵੀ ਇਹਨੂੰ ਬੁਕਿੰਗ ਕਰਕੇ ਮੰਗਵਾ ਸਕਦੇ ਹੋ ਦੋਸਤੋ ਇਹਦਾ ਪੂਰਾ ਨਾਮ ਹੈਗਾ ਮੋਬਾਈਲ ਮੋਟਰ ਕੰਟਰੋਲਰ ਇਹ ਐਸਾ ਕੰਟਰੋਲਰ ਹੈ ਨਾ ਵੀ ਨਾ ਤੇ ਇਹਦੇ ਵੀ ਕੋਈ ਡਿਸਪਲੇ ਆ ਹਨਾ ਨਾ ਇਹਦੇ ਕੋਈ 스위ਚ ਵਗੈਰਾ ਨਹੀਂ ਤੁਸੀਂ ਸੋਚਦੇ ਹੋਵੋਗੇ ਵੀ ਇਹ ਕੰਮ ਕਿੱਦਾਂ ਕਰੇਗਾ ਕੋਈ ਫੰਕਸ਼ਨ ਤਾਂ ਇਹਦੇ ਵਿੱਚ ਆਇਆ ਨਹੀਂ ਦੋਸਤੋ ਇਹ ਨੈਟਵਰਕ ਖਿੱਚ ਕੇ ਹੀ ਕੰਮ ਕਰੇਗਾ ਤੇ ਇਹਦੇ ਵਿੱਚ SIM ਪਹਿ ਜਾਣਾ ਤੇ ਉਹ ਨੰਬਰ ਤੁਹਾਨੂੰ ਹੀ ਪਤਾ ਹੋਵੇ ਕਿਸੇ ਹੋਰ ਨੂੰ ਆਪਾਂ ਨੂੰ ਨੰਬਰ ਨਹੀਂ ਦੱਸਣਾ ਆਏਗਾ ਤੇ ਜਦੋਂ ਤੁਸੀਂ ਉਹ ਨੰਬਰ ਤੇ ਕਾਲ ਕਰੋਗੇ ਇਹਨੇ ਕਹਿਣਾ ਹੈ ਕੇ ਡੀਜੀ ਵਿੱਚ ਤੁਹਾਡਾ ਸਵਾਗਤ ਹੈ ਮੋਟਰ ਨੂੰ ਸਟਾਰਟ ਕਰਨ ਲਈ ਇੱਕ ਦੱਬੋ ਮੋਟਰ ਨੂੰ ਬੰਦ ਕਰਨ ਲਈ ਦੋ ਦੱਬੋ ਦਰਵਾਜ਼ੇ ਦੀ ਜਾਂਚ ਕਰਨ ਲਈ ਤੰਨੇ ਦਬੋ ਇਦਾਂ ਲੱਗ ਲੱਗ ਫੰਕਸ਼ਨ ਨੇ ਜਾਂ ਮੋਟਰ ਦੇ ਸਟੇਟਸ ਨੂੰ ਜਾਣਨ ਲਈ 9 ਦਬੋ ਜਦੋਂ ਆਪਾਂ 9 ਦਬਦਾਂਗੇ ਤਾਂ ਇਹਨੇ ਦੱਸ ਦੇਣਾ ਮੋਟਰ ਚੱਲ ਰਹੀ ਹੈ ਮੋਟਰ ਬੰਦ ਹੈ ਲਾਈਟ ਹੈ ਜਾਂ ਲਾਈਟ ਨਹੀਂ ਹੈ ਇਸੇ ਤਰ੍ਹਾਂ 1 ਤੋਂ ਲੈ ਕੇ 9 ਤੱਕ ਇਹਦੇ ਵਿੱਚ ਫੰਕਸ਼ਨ ਨੇ 9 ਤਰ੍ਹਾਂ ਦੇ ਇਹਦੇ ਵਿੱਚ ਫੰਕਸ਼ਨ ਭਰੇ ਗਏ ਨੇ ਤੇ ਆਪਾਂ ਘਰ ਬੈਠੇ ਆਪਣੀ ਮੋਟਰ ਨੂੰ ਚਲਾ ਸਕਦੇ ਹਾਂ ਤੇ ਮੋਟਰ ਨੂੰ ਬੰਦ ਕਰ ਸਕਦੇ ਹਾਂ ਤੇ ਕਿਸਾਨ ਪ੍ਰਭੂ ਦੇਖੋ ਆਪਾਂ ਤੇ ਪਹਿਲੀ ਵਾਰ ਹੀ ਲਗਾਉਣਾ ਆ ਜੇਕਰ ਕੋਈ ਹੋਰ ਕਿਸਾਨ ਪ੍ਰਭਾ ਇਹਨੂੰ ਵਰਤ ਰਿਹਾ ਜੇ ਉਹਦਾ ਕੋਈ ਬੈਡ ਐਕਸਪੀਰੀਅੰਸ ਹੈਗਾ ਕਿ ਮਾੜਾ ਤਜਰਬਾ ਹੈਗਾ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਕਿਉਂਕਿ ਆਪਣਾ ਪਹਿਲੀ ਵਾਰੀ ਤਜਰਬਾ ਹੋਣਾ ਉਹਦਾ ਪਹਿਲਾ ਤਜਰਬਾ ਹੋ ਚੁੱਕਿਆ ਜੇ ਕੋਈ ਮਾੜਾ ਹੈਗਾ ਤਾਂ ਜ਼ਰੂਰ ਦੱਸ ਦਿਓ ਚੰਗਾ ਵੀ ਦੱਸ ਦਿਓ ਤੇ ਬਾਕੀ ਆਪਾਂ ਆਉਣ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਇਹਦੇ ਐਕਸਪੀਰੀਅੰਸ ਦੱਸਦੇ ਰਾਂਗੇ ਚੰਗੇ ਮਾੜੇ ਜਿਵੇਂ ਵੀ ਹੋਣਗੇ ਤੇ ਅੱਜ ਦੀ ਘੜੀ ਤਾਂ ਦੇਖਣ ਨੂੰ ਇਹ ਬਹੁਤ ਵਧੀਆ ਟੈਕਨੋਲੋਜੀ ਲੱਗ ਰਹੀ ਆ ਸੀਸੀਟੀਵੀ ਸੀਸੀਟੀਵੀ ਕੈਮਰੇ ਤੋਂ ਵੀ ਅਗਲੀ ਇੱਕ ਐਡਵਾਂਸ ਟੈਕਨੋਲੋਜੀ ਕਿਸਾਨ ਭਰਾਓ ਇਹ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਜਾਣਗੇ 5500 ਰੁਪਿਆ ਕੀਮਤ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਘੱਟ ਲੱਗ ਗਈ ਅੱਜ ਚਾਹੇ ਥੋੜੀ ਜਿਆਦਾ ਲੱਗਦੀ ਹੋਵੇ ਪਰ ਕਈਆਂ ਦੇ ਲਗਵਾਏ ਹੋਏ ਨੇ ਤਾਂ ਸੂਰਤ ਤੇ ਮੁਕਾਬਲੇ ਉਹ ਦੱਸ ਰਹੇ ਨੇ ਵੀ ਕੋਈ ਜਿਆਦਾ ਮਹਿੰਗੀ ਨਹੀਂ ਹੈਗੀ 5500 ਤੇ ਕਿਸਾਨ ਭਰਾਵੋ ਇੱਕ ਗੱਲ ਹੋਰ ਦੱਸ ਦਵਾਂ ਇਹਦੇ ਵਿੱਚ SIM ਪੈਣੀ ਆ 2G SIM ਪੈਣੀ ਆ 2G SIM ਦੇ ਵਿੱਚ ਆਪਾਂ ਨੂੰ ਹਮੇਸ਼ਾ ਰੀਚਾਰਜ ਕਰਾ ਕੇ ਰੱਖਣਾ ਪੈਣਾ ਕੇਵਲ ਬੈਲਟੀਡੀ ਵਾਲਾ 455 ਰੁਪਏ ਦਾ 3 ਮਹੀਨਿਆਂ ਦਾ ਰੀਚਾਰਜ ਹੋ ਜਾਂਦਾ ਉਹ 1.5 ਸੌ ਰੁਪਿਆ ਪਰ ਮੰਥ ਇਹ ਆਪਣੀ ਦਾ ਖਰਚਾ ਪਵੇਗਾ 150 ਰੁਪਏ ਪਰ ਮੰਥ ਇਹਨੂੰ ਆਪਾਂ ਨੂੰ ਦੇਣਾ ਪੈਣਾ ਆ ਤਾਂ ਇਹ ਅੱਗੇ ਵਰਕ ਕਰਦਾ ਰਹੇਗਾ ਜਿਵੇਂ ਜਿਵੇਂ ਮੋਬਾਈਲ ਫੋਨ ਦੇ ਪੈਕੇਜ ਦੀ ਮਹਿੰਗਾਈ ਹੋਵੇਗੀ ਤਾਂ ਇਹਦੇ ਵੀ ਰੇਟ ਵਧਦੇ ਰਹਿਣਗੇ ਤੇ ਇੱਕ ਗੱਲ ਹੋਰ ਕਿਸਾਨ ਭਰਾ ਇਹਦੇ ਵਿੱਚ ਸਿਰਫ 2G ਸਿਮ ਹੀ ਪਵੇਗੀ Jio ਵਗੈਰਾ 4G ਸਿਮ ਤੋਂ ਹੀ ਸਟਾਰਟ ਹੋਇਆ ਸੀ ਜਿੱਥੇ Jio ਦਾ ਨੈਟਵਰਕ ਹੈਗਾ ਆ ਉੱਥੇ ਕੰਮ ਨਹੀਂ ਕਰੇਗਾ ਇਹਦੇ ਲਈ Airtel ਦਾ ਨੈਟਵਰਕ ਚਾਹੀਦਾ ਜਾਂ ਕੋਈ ਹੋਰ ਕੰਪਨੀ ਦਾ ਚਾਹੀਦਾ Jio ਦੇ ਨੈਟਵਰਕ ਤੇ ਕੰਮ ਨਹੀਂ ਕਰੇਗਾ ਤੇ ਦੋਸਤੋ ਇਹਦੇ ਵਿੱਚ 2 3 4 5 ਨੰਬਰ ਵੀ ਸੇਫ ਹੋ ਸਕਦੇ ਨੇ ਜਦੋਂ ਵੀ ਆਪਾਂ ਇਹਨੂੰ ਡਿਵਾਈਸ ਨੂੰ KDG ਵਾਲਿਆਂ ਤੋਂ ਆਰਡਰ ਕਰਨਾ ਜਾਂ KDG ਤੋਂ ਲੈਣ ਜਾਣਾ ਤੇ ਇਹਦੇ ਵਿੱਚ ਸੌਫਟਵੇਅਰ ਦੇ ਨਾਲ ਹੀ ਉਹ 3 4 5 ਨੰਬਰ ਵੀ ਸੇਵ ਕਰਕੇ ਦੇ ਦੇਣਗੇ ਉਹ ਨੰਬਰਾਂ ਦੇ ਉੱਪਰ ਜਿੰਨੀ ਵਾਰੀ ਵੀ ਲਾਈਟ ਆਪਣੀ ਆਵੇਗੀ ਮੋਟਰਾਂ ਵਾਲੀ ਲਾਈਟ ਜਦੋਂ ਵੀ ਆਵੇਗੀ ਤਾਂ 1 ਮਿੰਟ ਬਾਅਦ ਮੈਸੇਜ ਆਵੇਗਾ ਲਾਈਟ ਆਨ ਜਦੋਂ ਲਾਈਟ ਜਾਵੇਗੀ ਤਾਂ 3 ਮਿੰਟ ਬਾਅਦ ਮੈਸੇਜ ਆਵੇਗਾ ਲਾਈਟ ਆਫ 1 ਮਿੰਟ ਬਾਅਦ ਤਾਂ ਕਿਉਂਕਿ ਕੀ ਵਾਰੀ ਲਾਈਟ ਚਮਕਾ ਜਾ ਮਾਰ ਕੇ ਵਾਪਸ ਚਲੀ ਜਾਂਦੀ ਉਹ ਚਮਕਿਆ ਦੇ ਮੈਸੇਜ ਨਹੀਂ ਆਉਣਗੇ ਇਹਨਾਂ ਨੇ ਸੈਟਿੰਗ ਇਸ ਹਸਾਬ ਨਾਲ ਕੀਤੀ ਹੋਈ ਆ ਵੀ 1 ਮਿੰਟ ਬਾਅਦ ਹੀ ਮੈਸੇਜ ਆਵੇਗਾ ਦੇ ਦੋਸਤੋ ਮੈਨੂੰ ਤੇ ਇਹ ਸਹੂਲਤਾਂ ਸੁਣਨ ਦੇ ਵਿੱਚ ਬਹੁਤ ਵਧੀਆ ਲੱਗੀਆਂ ਬਾਕੀ ਵਰਤ ਕੇ ਪਤਾ ਲੱਗ ਜਾਵੇਗਾ ਦੋਸਤੋ ਬਾਈ ਹੁਣੀ ਦੱਸ ਰਹੀ ਸੀ ਵੀ ਉਹਨਾਂ ਨੇ ਮੋਟਰਾਂ ਲਈ ਤੇ ਡਿਵਾਈਸ ਬਣਾਈ ਹੀ ਬਣਾਈ ਆ ਨਾਲ ਦੀ ਨਾਲ ਹੁਣ ਇਹ ਦੁਕਾਨਾਂ ਦੇ ਲਈ ਵੀ ਉਹਨੇ ਉਹਨੇ ਡਿਵਾਈਸ ਬਣਾਈ ਕਿਉਂਕਿ ਤੁਸੀਂ ਸੁਣਿਆ ਹੋਵੇਗਾ ਦੁਕਾਨਾਂ ਦੇ ਵਿੱਚ ਕਿੰਨੀਆਂ ਬਾਰ ਦਸਤਾ ਹੋ ਰਹੀਆਂ ਨੇ ਰਾਤ ਨੂੰ ਚੋਰ ਆ ਕੇ ਚੋਰੀਆਂ ਕਰ ਲੈਂਦੇ ਨੇ ਕੱਪੜੇ ਦੀਆਂ ਦੁਕਾਨਾਂ ਹੋਰ ਸਮਾਨ ਦੀਆਂ ਦੁਕਾਨਾਂ ਵਿੱਚੋਂ ਸਮਾਨ ਚੋਰੀ ਹੋ ਜਾਂਦਾ ਗੱਲੇ ਤੋੜੇ ਜਾਂਦੇ ਨੇ ਤੇ ਦੋਸਤੋ ਉਹਨਾਂ ਨੇ ਇਹ ਜੰਤਰ ਦੇ ਵਿੱਚ ਜਿਵੇਂ ਕਿ ਮੋਟਰਾਂ ਨੂੰ ਕਮਾਂਡ ਜਾਂਦੀ ਆ ਉਸੇ ਤਰ੍ਹਾਂ ਉਹਨਾਂ ਨੇ ਸੈਂਸਰ ਸਿਸਟਮ ਸਟਰਾ ਦੇ ਲਈ ਲਗਾਤੇ ਗੱਲੀਆਂ ਦੇ ਲਈ ਸੈਂਸਰ ਲਗਾਤੇ ਜਾਂ ਹੋਰ ਜਿੰਨੇ ਵੀ ਦਰਵਾਜੇ ਹੁੰਦੇ ਨੇ ਦੁਕਾਨ ਦੇ ਵਿੱਚ ਸਾਰੇ ਕਿਤੇ ਸੈਂਸਰ ਲਾ ਕੇ ਇਹਦੇ ਉੱਪਰ ਕੰਟਰੋਲ ਰੱਖਤਾ ਸੀ ਜਿਹੜੇ ਸੀਸੀਟੀਵੀ ਕੈਮਰੇ ਲੱਗਦੇ ਨੇ ਉਹ ਤਾਂ ਸਵੇਰੇ ਜਾ ਕੇ ਪਤਾ ਲੱਗਦਾ ਵੀ ਰਾਤ ਨੂੰ ਦੁਕਾਨ ਲੁੱਟੀ ਗਈ ਜੇਕਰ ਚੋਰ ਆ ਕੇ ਆਪਣਾ ਗੇਟ ਤੋੜੇਗਾ ਦੁਕਾਨ ਦਾ ਤਾਂ ਫੋਨ ਜਾਵੇਗਾ ਮਾਲਕ ਨੂੰ ਘਰ ਬੈਠੇ ਫੋਨ ਜਾਵੇਗਾ ਜੇਕਰ ਸਟਰ ਟੁੱਟੇਗਾ ਤਾਂ ਵੀ ਫੋਨ ਜਾਵੇਗਾ ਜੇਕਰ ਗੱਲਾ ਟੁੱਟੇਗਾ ਤਾਂ ਵੀ ਨਾਲ ਦੀ ਨਾਲ ਫੋਨ ਜਾਵੇਗਾ ਇਸੇ ਤਰ੍ਹਾਂ ਦੋਸਤੋ ਬਹੁਤ ਵਧੀਆ ਡਿਵਾਈਸ ਹੈ ਸਲਾਗਾ ਜੋਗ ਆ ਜਿਹੜੇ ਵਿਚਾਰੇ ਇਹਨਾਂ ਬਾਈ ਉਹਨਾਂ ਨੇ ਕੰਮ ਸਟਾਰਟ ਕਰਿਆ ਹੈ ਕੇ ਡੀਜੀ ਉਹਨਾਂ ਨੇ ਉਹਨਾਂ ਨੂੰ ਤਕਰੀਬਨ 4-5 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਪੱਕਾ ਬਿਲ ਕੱਟ ਕੇ ਦਿੰਦੇ ਨੇ ਵਿਦ ਜੀਐਸਟੀ ਵਾਲਾ ਰਜਿਸਟਰ ਇਹਨਾਂ ਦੀ ਫਾਰਮ ਆ ਪੰਜਾਬ ਸਰਕਾਰ ਕੋਲੋਂ ਇੰਡੀਆ ਕੋਲੋਂ ਵੀ ਰਜਿਸਟਰਡ ਆ ਸਾਰੀ ਫਾਰਮ ਆ ਕੁਈ ਤੋ ਖਤੜੀ ਵਾਲਾ ਕੰਮ ਨਹੀਂ ਹੈਗਾ ਕੋਈ ਜਗਾੜੂ ਕੰਮ ਨਹੀਂ ਹੈਗਾ ਪੂਰਾ ਵਧੀਆ ਇੱਕ ਨੰਬਰ ਦਾ ਕੰਮ ਹੈ ਇਹਨਾਂ ਦਾ ਤੇ ਲੋਕੇਸ਼ਨ ਬਾਈ ਉਹਨਾਂ ਦੀ ਪੈ ਜਾਂਦੀ ਆ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਪੈਲ ਤੇ ਨੇੜੇ ਪੈਂਦਾ ਆ ਸਿਹੋੜਾ ਸਿਹੋੜਾ ਇੱਕ ਕਸਬਾ ਕਿਸਾਨਪਰਾਵੋ ਸਿਹੋੜੇ ਕਸਬੇ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੈਲ ਤਹਿਸੀਲ ਆ ਡਿਸਟ੍ਰਿਕਟ ਲੁਧਿਆਣਾ ਜਾਂ ਤੁਸੀਂ ਆਰਡਰ ਕਰਕੇ ਵੀ ਮੰਗਵਾ ਸਕਦੇ ਹੋ ਬਾਈ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਚਲਾ ਦਿੰਨਾ ਇਹ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਤੁਸੀਂ ਉਹਨਾਂ ਕੋਲੇ ਜਾ ਕੇ ਇਹਨੂੰ ਲੈ ਵੀ ਸਕਦੇ ਹੋ ਤੇ ਕਿਸਾਨਪਰਾਵੋ ਇਹ ਮੋਬਾਈਲ ਮੋਟਰ ਕੰਟਰੋਲਰ ਜਾਂ ਮੋਬਾਈਲ ਦੁਕਾਨ ਕੰਟਰੋਲਰ ਪੂਰੇ ਇੰਡੀਆ ਦੇ ਵਿੱਚ ਕੰਮ ਕਰਦਾ ਆ ਹਰ ਇੱਕ ਜਗ੍ਹਾ ਤੇ ਇੰਡੀਆ ਦੇ ਵਿੱਚ ਕੰਮ ਕਰੇਗਾ ਜਿੱਥੇ 2G ਨੈਟਵਰਕ ਆਉਂਦਾ Jio ਦੇ ਨੈਟਵਰਕ ਤੇ ਕੰਮ ਨਹੀਂ ਕਰੇਗਾ ਤੇ ਜਿਹੜੇ ਵੀ ਦੁਕਾਨਦਾਰ ਜਾਂ ਆਪਣੇ ਕਿਸਾਨਪਰਾ ਜਿਹੜੇ ਵੀ ਮਗਾਉਣਾ ਚਾਹੁੰਦੇ ਨੇ ਆ ਮੈਂ ਨੰਬਰ ਦੇ ਰਿਹਾ ਇਹ ਨੰਬਰ ਤੇ ਸੰਪਰਕ ਕਰਕੇ ਮਗਾ ਸਕਦੇ ਨੇ ਜਾਂ ਬਾਈ ਉਹਨਾਂ ਦੇ ਐਡਰੈਸ ਸਿਉੜਾ ਕਸਬਾ ਤਹਿਸੀਲ ਪੈਲ ਤੇ ਡਿਸਟ੍ਰਿਕਟ ਲੁਧਿਆਣਾ ਵਿਖੇ ਜਾ ਕੇ ਵੀ ਲੈ ਸਕਦਾ ਤੇ ਕੋਰੀਅਰ ਵੀ ਕਰ ਦਿੰਦੇ ਨੇ ਬਾਈ ਉਹਨੇ ਕੋਰੀਅਰ ਦਾ ਕੋਈ ਚਾਰजेस ਨਹੀਂ ਲੈਂਦੇਗੇ ਤੁਸੀਂ ਡਾਇਰੈਕਟਲੀ ਕੋਰੀਅਰ ਵੀ ਕਰਾ ਸਕਦੇ ਹੋ 5500 ਇਹਦਾ ਰੇਟ ਆ ਤੇ ਆ ਬੈਟਰੀ ਅਲੱਗ ਤੋਂ ਲੈ ਲਿਓ 500 ਦੀ 1000 ਦੀ ਜਿੱਥੋਂ ਵੀ ਤੁਹਾਨੂੰ ਬਾਹਰ ਕਿਤੋਂ ਮਿਲੂਗੀ ਉਹ ਵੱਖਰੇ ਚਾਰਜਸ ਤੇ ਲੈ ਲਿਓ ਤੇ ਕਿਸਾਨ ਪ੍ਰਭੂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਇਸ ਤਰ੍ਹਾਂ ਦੀਆਂ ਹੀ ਨਵੀਂ ਤਕਨੀਕ ਦੀਆਂ ਖੇਤੀ ਦੇ ਵੀਡੀਓ ਹੀ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਆ ਤੇ ਵੀਡੀਓ ਵਖਤ ਬਾਅਦ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਇਹ ਚੋਰਾਂ ਤੱਕ ਵੀ ਪਹੁੰਚ ਸਕੇ ਕਿਉਂਕਿ ਚੋਰ ਕਿਸੇ ਵੀ ਦੁਕਾਨ ਵਿੱਚ ਜਾ ਕੇ ਦਾ ਨਾਂ ਵੜਨ ਕਿਸੇ ਵੀ ਮੋਟਰ ਦੇ ਕੋਠੇ ਵਿੱਚ ਜਾ ਕੇ ਨਾਂ ਵੜਨ ਅਗਲੇ ਦਾ ਕਿਵੇਂ ਜੰਤਰ ਲੱਗਿਆ ਹੋਵੇਗਾ ਤੇ ਜੰਤਰ ਦੇ ਨਾਲ ਦੀ ਨਾਲ ਮਾਲਕ ਨੂੰ ਫੋਨ ਕਾਲ ਕਰ ਦੇਣੀ ਆ ਤੇ ਮਾਲਕ ਨੇ ਚੱਕਣਾ ਮੋਟਰਸਾਈਕਲ ਤੁਹਾਡੇ ਉੱਥੇ ਪਹੁੰਚ ਜਾਣਾ ਆ ਤੇ ਚੋਰ ਭਰਾਵਾਂ ਨੂੰ ਬੇਨਤੀ ਆ ਵੀ ਉਹ ਇਦਾਂ ਦੀਆਂ ਚੋਰੀਆਂ ਹੁਣ ਨਾ ਕਰਨ ਛੱਡ ਦੇਣ ਮਿਹਨਤ ਕਰਨ ਮਿਹਨਤ ਕਰਕੇ ਖਾਣ ਕਿਉਂਕਿ ਹਰ ਇੱਕ ਬੰਦਾ ਮਿਹਨਤ ਕਰਦਾ ਆ ਚੋਰੀ ਨਾ ਕੀਤੀ ਜਾਵੇ ਕਿਸੇ ਨੇ ਬਹੁਤ ਹੀ ਔਖੇ ਤਰੀਕਿਆਂ ਦੇ ਨਾਲ ਔਖੇ ਵੇਲੇ ਲੰਗਾ ਕੇ ਮੋਟਰਾਂ ਦੀਆਂ ਤਾਰਾਂ ਤੇ ਮੋਟਰਾਂ ਪਾਈਆਂ ਹੁੰਦੀਆਂ ਨੇ